ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਕਿਵੇਂ ਹੋ ਸਾਰੇ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਮੈਂ ਤੁਹਾਡੇ ਨਾਲ ਆਪਣੇ ਘਰ ਦਾ ਜਿਹੜਾ ਹੋਮ ਟੂਰ ਆ ਉਹ ਸ਼ੇਅਰ ਕਰੂੰਗੀ। ਇਸ ਵੀਡੀਓ ਦੇ ਲਈ ਬਹੁਤ ਜ਼ਿਆਦਾ ਕਮੈਂਟ ਆਏ ਸੀ, ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗੀ ਹਾਂ। ਘਰ ਦੇਖੋ ਜਿਹੜਾ ਸਾਡਾ ਆ, ਬਾਹਰਲੀ ਸਾਈਡ ਤੋਂ ਹਲੇ ਇਹ ਪੂਰੀ ਤਰ੍ਹਾਂ ਕੰਪਲੀਟ ਨਹੀਂ ਆ। ਕਾਫੀ ਸਾਰਾ ਕੰਮ ਜਿਹੜਾ ਸਾਡਾ ਕਰਾਉਣ ਵਾਲਾ ਰਹਿੰਦਾ ਆ। ਪਹਿਲਾਂ ਆਪਾਂ ਬਾਹਰਲਾ ਵਿਊ ਲਵਾਂਗੇ, सारा छड्या होया, पूरा छत्या नहीं, असी सिंगल स्टोरी है तकरीबन। बाकी उपर सिर्फ एक कमरा ते एक मोंटी बनी हुई है। ते इहदे फ्रंट दे उत्ते जिहड़ी सानू ग्रीन बैल्ट मिली हुई है उहदे विच आपां काफी सारे फुल बूटे जिहड़े आ उह लाए आ। फुल बूटे लाने का मैनू काफ़ी ज़्यादा शौक आ। जिन्हें भी जिदा हम सर्दियों वाले फुल ने ये आप लाए आ, एक पक्का बूटा लग्या होया आ। तो ये भी जोड़े बूटे लगे आ, ये भी सारे पक्के बूटे लाए आ। तो ये हले बच्चों थोड़ा जहा खाली आ, ये मैं कल ही ये सारे बच्चों बूटे पट्टे आ। इतने हम आप नव कुछ लिया के लावे। ये लाल अमरूद लाया आ, इनू काफ़ी ज़्यादा इस बारी फुल पिया आ। तो हल देखो पूरा बूटा जिहड़ा आ अमरूद दे नाल भर जाना आ। हले छोटा बूटा आ पर फिर भी फुल इनू काफ़ी ज़्यादा पिया आ। इहदे नाल जिहड़ी साडी बैल्ट आ ये असी इहदा टाइलां ला के इनू आपां पक्का करवाता सी। उस तो बाद दो दो फुट छड के मैं जिहड़े इहदे विच विच बूटे सारे लाते। निम लाई आ, निम तो बाद फुल्लां वाले बूटे जिहड़े आ वो आप लाए। मटर गुलाब लाया, गुलाब का बूटा देखो ए पूरा फुला दे नाल भरिया होया है। बहुत हले लाए नूं भी थोड़ा टाइम ही होया पर फुल इत्थे बहुत ज़्यादा लगते हैं। उस तो बाद आप बाकी जिहड़े बूटे लाए आ सारे फिर वह जिहड़े आ अशोका दे लगे। ਹੁਣ ਆਪਾਂ ਅੰਦਰ ਚੱਲਦੇ ਹਾਂ। ਇਧਰਲੀ ਸਾਈਡ ਤੇ ਆਪਾਂ ਇੱਕ ਕਿਆਰੀ ਛੱਡੀ ਹੋਈ ਆ, ਇਹਦੇ ਵਿੱਚ ਮੈਂ ਸਬਜ਼ੀਆਂ ਲਾਈਆਂ ਹੋਈਆਂ ਨੇ ਜੋ ਵੀ ਹੁਣ ਸੀਜ਼ਨਲ ਚੱਲਦੀਆਂ ਪਈਆਂ। ਇਹ ਕੜੀ ਪੱਤੇ ਦਾ ਦਰਖਤ ਲੱਗਿਆ ਹੋਇਆ ਕਾਫੀ ਜ਼ਿਆਦਾ ਵੱਡਾ ਹੋ ਗਿਆ। ਅਤੇ ਨਾਲ ਹੀ ਇਹਦੇ ਮੈਂ ਇੱਦਾਂ ਪੁਦੀਨਾ ਲਾਇਆ, ਪੁਦੀਨਾ ਵੀ ਦੇਖੋ ਕਾਫੀ ਜ਼ਿਆਦਾ ਫੈਲਿਆ ਆ। ਨਾਲ ਇਸ ਤੋਂ ਇਲਾਵਾ ਟਮਾਟਰ, ਹਰੀਆਂ ਮਿਰਚਾਂ, ਸਾਰਾ ਕੁਛ ਮਤਲਬ ਜੋ ਚਾਹੀਦਾ ਮੈਨੂੰ ਉਹ ਮੈਂ ਲਾਇਆ ਹੋਇਆ ਇਹਦੇ ਵਿੱਚ। ਇੱਕ ਉਹ ਕਰੇਲੇ ਅਤੇ ਛੋਟੀ ਕਰੇਲੀ ਇਹਦੀਆਂ ਬੇਲਾਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਆ। ਇਹ ਬੈਂਗਣ ਦਾ ਬੂਟਾ ਅਤੇ ਇੱਕ ਉਹ ਨਿੰਬੂ ਦਾ ਬੂਟਾ ਲੱਗਿਆ ਆ। ਸਾਈਡ ਦੇ ਉੱਤੇ ਟਮਾਟਰ ਅਤੇ ਹਰੀਆਂ ਮਿਰਚਾਂ ਜਿਹੜੀਆਂ ਆ ਇਹ ਆਪਾਂ ਬੀਜੀਆਂ ਆ। ਥੋੜ੍ਹਾ ਜਿਹਾ ਮੈਂ ਧਰੀਆ ਹੁਣ ਦੁਬਾਰੇ ਲਾਇਆ ਕਿਆਰੀ ਦੇ ਵਿੱਚ, ਮੀਂਹ ਪੈਣ ਕਰਕੇ ਉਹ ਥੋੜ੍ਹਾ ਜਿਹਾ ਖਰਾਬ ਹੋ ਗਿਆ ਅਤੇ ਕਾਫੀ ਜ਼ਿਆਦਾ ਤਾਂ ਨਹੀਂ ਵਧੀਆ ਹੋਣਾ ਸੀ ਇਹਨੇ। ਕਿਆਰੀ ਦੇ ਨਾਲ ਹੀ ਇਹ ਚੌਂਕਾ ਬਣਾਇਆ ਹੈ ਆਪਾਂ, ਜਿੱਥੇ ਆਪਾਂ ਵੀਡੀਓ ਬਣਾਉਂਦੇ ਹਾਂ ਜਾਂ ਮੈਂ ਸਬਜ਼ੀ ਬਣਾਉਂਦੀ ਹੁੰਦੀ ਹਾਂ। ਚੌਂਕੇ ਦੇ ਨਾਲ ਹੀ ਆਪਾਂ ਇੱਧਰੋਂ 4 ਫੁੱਟ ਜਗ੍ਹਾ ਛੱਡੀ ਆ ਅਤੇ ਉੱਧਰਲੀ ਸਾਈਡ ਤੋਂ ਵੀ ਦਰਵਾਜ਼ਾ ਰੱਖਿਆ ਹੋਇਆ ਆ ਕਿ ਜੇ ਇੱਧਰ ਵਾਲੀ ਸਾਈਡ ਆਪਾਂ ਆਉਣਾ ਹੋਵੇ ਅੰਦਰੋਂ ਤਾਂ ਆਪਾਂ ਇੱਧਰੋਂ ਵੀ ਆ ਸਕਦੇ ਹਾਂ। ਇਹ ਦੇਖੋ ਜਿਹੜਾ ਸਾਡਾ ਪੋਰਚ ਏਰੀਆ ਆ, ਪੋਰਚ ਏਰੀਏ ਦੇ ਵਿੱਚ ਆਪਾਂ ਸਾਈਡ ਦੇ ਉੱਤੇ ਇਹਦਾ 3 ਜਿਹੜੇ ਆ ਡਿਜ਼ਾਈਨ ਦੇ ਨਾਲ ਡੱਬੇ ਬਣਵਾਏ ਸੀ। ਇਹਨਾਂ ਡੱਬਿਆਂ ਦੇ ਵਿੱਚ ਆਪਾਂ ਮਾਰਬਲ ਲਵਾਇਆ ਆ ਅਤੇ ਵਿੱਚ ਇਹਦੇ ਛੋਟੀ ਛੋਟੀਆਂ ਇਹਦਾ ਲਾਈਟਾਂ ਲਵਾਈਆਂ ਆ। ਲਾਈਟਸ ਜਿਹੜੀਆਂ ਰਾਤ ਨੂੰ ਜਦੋਂ ਜਗਦੀਆਂ ਆ ਬਹੁਤ ਵਧੀਆ ਲੱਗਦੀਆਂ। ਕਾਰਨਰ ਦੇ ਵਿੱਚ ਆਪਾਂ ਸ਼ੂ ਰੈਕ ਰੱਖਿਆ ਹੋਇਆ ਆ, ਇੱਥੇ ਜਿੰਨੀਆਂ ਵੀ ਸਾਡੀਆਂ ਚੱਪਲਸ ਨੇ ਅਸੀਂ ਇੱਥੇ ਰੱਖਦੇ ਹਾਂ ਅਤੇ ਇਹਦੇ ਉੱਤੇ ਆਪਾਂ ਇੱਦਾਂ ਬੂਟੇ ਜਿਹੜੇ ਆ ਉਹ ਲਾ ਕੇ ਰੱਖੇ ਹੋਏ ਆ ਅਤੇ ਦੇਖਣ 'ਚ ਵੀ ਬਾਹਰੋਂ ਵਿਊ ਜਿਹੜਾ ਵਧੀਆ ਲੱਗਦਾ ਹੈ। ਹੁਣ ਆਪਾਂ ਅੰਦਰ ਚੱਲਦੇ ਹਾਂ।
ਜਦੋਂ ਆਪਾਂ ਘਰ ਦੇ ਵਿੱਚ ਐਂਟਰੀ ਕਰਦੇ ਆ, ਐਂਟਰੀ ਕਰਦੇ ਆ ਸਾਰੇ ਸਾਹਮਣੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਤੇ ਨਾਲ ਹੀ ਇਹਦੇ ਸੱਜੇ ਹੱਥ ਆਪਾਂ ਬਾਬਾ ਜੀ ਦਾ ਸਥਾਨ ਬਣਾਇਆ ਆ ਜਿੱਥੇ ਅਸੀਂ ਧੂਪ ਬੱਤੀ ਕਰਦੇ ਆ, ਬੈਠ ਕੇ ਪਾਠ ਕਰਦੇ ਆ। ਮੰਦਰ ਤੋਂ ਅੱਗੇ ਫਿਰ ਆਪਾਂ ਜਿੱਦਾਂ ਐਂਟਰੀ ਕਰਦੇ ਇਹ ਨਾਲ ਹੀ ਲੋਬੀ ਆ, ਲੋਬੀ ਜਿਹੜੀ ਹੈ ਮੈਂ ਤੁਹਾਨੂੰ ਇਹ ਤਾਂ ਪੂਰੀ ਦਿਖਾ ਦਿੰਦੀ ਹਾਂ। ਉੱਪਰ ਆਪਾਂ ਡਾਊਨ ਸੀਲਿੰਗ ਕਰਾਈ ਆ ਤੇ ਵਿੱਚ ਇਹਦੇ ਲਾਈਟਸ ਲਗਵਾਈਆਂ ਆ। ਲਾਈਟਾਂ ਜਿਹੜੀਆਂ ਆਪਾਂ ਥੋੜੀਆਂ ਜਿਹੀਆਂ ਘੱਟ ਲਗਵਾਈਆਂ ਆ, ਉਹ ਆਪਣੀ ਮਰਜ਼ੀ ਹੁੰਦੀ ਹੈ ਕਿ ਆਪਾਂ ਕਿੰਨੀਆਂ ਕਲਵਾਉਣੀਆਂ ਚਾਹੁੰਦੇ ਹਾਂ, ਚਾਹੇ ਇੱਕ ਇੱਕ ਦੋ ਦੋ ਜਾਂ ਡੇਢ ਡੇਢ ਫੁੱਟ ਦੇ ਉੱਤੇ ਆਪਾਂ ਲਵਾ ਸਕਦੇ, ਪਰ ਅਸੀਂ ਥੋੜਾ ਜਿਹਾ ਗੈਪ ਇਹਦੇ ਵਿੱਚ ਜ਼ਿਆਦਾ ਰੱਖਿਆ ਸੀ। ਲੋਬੀ ਦੇ ਨਾਲ ਹੀ ਖੱਬੇ ਹੱਥ ਜਦੋਂ ਆਪਾਂ ਐਂਟਰ ਕਰਦੇ ਹਾਂ ਡਰਾਇੰਗ ਰੂਮ, ਡਰਾਇੰਗ ਰੂਮ ਦੇ ਅੱਗੇ ਇਹਦਾ ਆਪਾਂ ਲੱਕੜ ਦੀਆਂ ਜਿਹੜੀਆਂ ਚੁਗਾਠਾਂ ਲਵਾਈਆਂ ਆ, ਇਹਦੇ ਵਿੱਚ ਲਾਈਟਸ ਲੱਗੀਆਂ ਹੋਈਆਂ ਆ, ਬਹੁਤ ਵਧੀਆ ਲੱਗਦੀਆਂ ਆ। ਅੰਦਰਲੀ ਸਾਈਡ ਆਪਾਂ ਸੋਫਾ ਲਾਇਆ ਆ, ਇਹ ਪੂਰਾ ਸੈੱਟ ਹੀ ਆ ਸੋਫੇ ਦਾ। ਇਹਦੇ ਨਾਲ ਹੀ ਆਪਾਂ ਮੈਚਿੰਗ ਜਿਹੜੇ ਆ ਕਰਟਨਸ ਲਵਾਏ ਆ ਤੇ ਕਾਰਨਰ ਦੇ ਵਿੱਚ ਇਹਦਾ ਫਲਾਵਰ ਪੋਟ ਰੱਖਿਆ ਆ, ਦੇਖਣ ਦੇ ਵਿੱਚ ਵਧੀਆ ਲੱਗਦਾ ਆ। ਤੇ ਸੈਂਟਰ ਦੇ ਵਿੱਚ ਇਹਦੇ ਜਿਹੜਾ ਟੇਬਲ ਆ, ਟੇਬਲ ਦੀ ਵੀ ਜਿਹੜੀ ਸਪੇਸ ਆ ਕਾਫੀ ਵਧੀਆ ਆ। ਡਰਾਇੰਗ ਰੂਮ ਦੇ ਬਿਲਕੁਲ ਸਾਹਮਣੇ ਆਪਾਂ ਵਾਸ਼ ਬੇਸ਼ਨ ਇੱਕ ਬਣਾਇਆ ਆ ਨੇ, ਉਹਦੇ ਥੱਲੇ ਲੱਕੜ ਦਾ ਕੰਮ ਕਰਵਾਤਾ ਸੀ, ਉਹਦੇ ਵਿੱਚ ਜਿੱਦਾਂ ਹੋ ਗਏ ਟਾਵਲ ਹੋ ਗਏ, ਹੈਂਕੀ, ਜੁਰਾਬਾਂ, ਏਦਾਂ ਦੀਆਂ ਸਮਾਨ ਜਿਹੜਾ ਸਾਰਾ ਰੱਖਿਆ ਆ। ਤੇ ਇੱਕ ਕਾਰਨਰ ਲਾਇਆ, ਕਾਰਨਰ ਦੇ ਵਿੱਚ ਡੇਲੀ ਯੂਜ ਦਾ ਜਿਹੜਾ ਸਮਾਨ ਹੁੰਦਾ ਹੈ ਉਹ ਆਪਾਂ ਲਾਇਆ ਹੋਇਆ। ਵਾਸ਼ ਬੇਸ਼ਨ ਦੇ ਨਾਲ ਹੀ ਇੱਕ ਆਪਾਂ ਵਾਸ਼ਰੂਮ ਬਣਾਇਆ, ਇਹ ਕਾਮਨ ਆ, ਜਿਵੇਂ ਡਰਾਇੰਗ ਰੂਮ ਤੇ ਕੋਈ ਬਾਹਰੋਂ ਆਉਂਦਾ ਆ ਉਹ ਵੀ ਬੰਦਾ ਯੂਜ ਕਰ ਸਕਦਾ ਹੈ, ਜੇ ਫੈਮਿਲੀ ਮੈਂਬਰ ਕਿਸੇ ਨੇ ਯੂਜ ਕਰਨਾ ਹੋਵੇ ਤਾਂ ਉਹ ਵੀ ਕਰ ਸਕਦਾ। ਵਾਸ਼ ਬੇਸ਼ਨ ਦੇ ਨਾਲ ਹੀ ਇੱਕ ਕਮਰਾ ਆ, ਕਮਰੇ ਦੇ ਅੰਦਰ ਇੱਕ ਬੈੱਡ ਲੱਗਿਆ। ਬੈੱਡ ਜਿਹੜਾ ਆ ਇਹਨੇ ਕਾਫੀ ਜ਼ਿਆਦਾ ਜਗ੍ਹਾ ਘੇਰੀ ਹੋਈ ਆ, ਇਸ ਕਰਕੇ ਇਸ ਕਮਰੇ ਦੇ ਵਿੱਚ ਸਿਰਫ ਬੈੱਡ ਹੀ ਲਾਇਆ ਆ ਆਪਾਂ। ਤੇ ਨਾ ਇਹਦੇ ਕਮਰੇ ਦੇ ਵਿੱਚ ਵੀ ਆਪਾਂ ਡਾਊਨ ਸੀਲਿੰਗ ਕਰਵਾਈ ਆ ਤੇ ਕਾਰਨਰ ਦੇ ਵਿੱਚ ਇਹਦੇ ਲਾਈਟਸ ਜਿਹੜੀਆਂ ਲਾਈਆਂ ਹੋਈਆਂ ਆ। ਇਹ ਕਮਰੇ ਦੇ ਨਾਲ ਹੀ ਅਟੈਚ ਵਿੱਚ ਹੀ ਆਪਾਂ ਇੱਕ ਸਟੋਰ ਬਣਾਇਆ ਹੈ, ਸਟੋਰ ਦੇ ਵਿੱਚ ਅਲਮਾਰੀ ਲੱਗੀ ਆ ਤੇ ਬਾਕੀ ਜਿੱਦਾਂ ਰਜਾਈਆਂ ਰੱਖਦੀਆਂ ਜਾਂ ਚਾਦਰਾਂ ਕੰਬਲ ਜਿਹੜੀ ਚੀਜ਼ ਰੱਖਣੀ ਆ ਉਹਦੇ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਇਹਦੇ ਨਾਲ ਹੀ ਡਕਟ ਆ, ਡਕਟ ਦੇ ਵਿੱਚ ਆਪਾਂ ਮਸ਼ੀਨ ਕੱਪੜੇ ਧੋਣ ਵਾਲੀ ਐਜ਼ ਏ ਇਹਨੂੰ ਆਪਾਂ ਸਟੋਰ ਵੀ ਯੂਜ਼ ਕਰਦੇ ਹਾਂ ਤੇ ਵੱਧ ਘੱਟ ਸਮਾਨ ਵੀ ਰੱਖ ਲੈਂਦੇ ਹਾਂ ਤੇ ਕੱਪੜੇ ਧੋਣ ਵਾਸਤੇ ਵੀ। ਇਹਦੀ ਵੀ ਸਪੇਸ ਜਿਹੜੀ ਆ ਕਾਫੀ ਜ਼ਿਆਦਾ ਖੁੱਲੀ ਆ। ਦੋ ਕਮਰੇ ਬਣਾਏ ਆ ਆਪਾਂ ਥੱਲੇ, ਕਮਰੇ ਅਸਲ 'ਚ ਜ਼ਿਆਦਾ ਖੁੱਲ੍ਹੇ ਹੋਣ ਕਰਕੇ ਸਿਰਫ ਦੋ ਹੀ ਆਪਾਂ ਰੱਖੇ ਅਤੇ ਇੱਕ ਡਰਾਇੰਗ ਰੂਮ ਹੋ ਗਿਆ, ਉਹ ਵੀ ਕਮਰੇ ਦੇ ਜਿੰਨਾ ਹੀ ਖੁੱਲ੍ਹਾ ਆ। ਇਹਦੇ ਅੰਦਰ ਵੀ ਆਪਾਂ ਇੱਕ ਬੈੱਡ ਲਾਇਆ ਆ ਅਤੇ ਕਾਰਨਰ ਦੇ ਵਿੱਚ ਕੰਪਿਊਟਰ ਲੱਗਿਆ ਹੋਇਆ ਆ ਅਤੇ ਉੱਪਰ ਜਿਹੜੀ ਆ ਡਾਊਨ ਸੀਲਿੰਗ ਹੋਈ ਆ। ਡਾਊਨ ਸੀਲਿੰਗ ਅੱਜ ਕੱਲ੍ਹ ਇੱਦਾਂ ਹੈ ਕਿ ਇਹ ਟ੍ਰੈਂਡ ਆ ਡਾਊਨ ਸੀਲਿੰਗ ਦਾ, ਅਤੇ ਡਾਊਨ ਸੀਲਿੰਗ ਦੇ ਨਾਲ ਕਮਰੇ ਦੀ ਜਿਹੜੀ ਗੈਟ ਆਪਾਂ ਫਿਰ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦੀ ਆ। ਲੋਬੀ ਦੇ ਵਿੱਚ ਇਹ ਆਪਾਂ ਇੱਥੇ ਵੀ ਪੌੜੀਆਂ ਦੇ ਥੱਲੇ ਲੱਕੜ ਦਾ ਕੰਮ ਕਰਾਇਆ ਹੈ, ਇਹਦੇ ਵਿੱਚ ਇੱਦਾਂ ਖਾਨੇ ਬਣਾਏ, ਦੇਖੋ ਵਿੱਚ ਲਾਈਟ ਲੱਗੀ ਹੋਈ ਹੈ ਛੋਟੀ ਛੋਟੀ, ਅਤੇ ਇੱਥੇ ਐਲ ਸੀ ਡੀ ਲਈ ਸਪੇਸ ਆਪਾਂ ਛੱਡੀ ਹੋਈ ਹੈ, 50-55 ਇੰਚ ਦੀ ਜਿਹੜੀ ਐਲ ਸੀ ਡੀ ਆ ਇੱਥੇ ਲੱਗ ਸਕਦੀ ਆ। ਅਤੇ ਇਹ ਜਿਹੜਾ ਆਪਾਂ ਪੌੜੀਆਂ ਦੇ ਵਿੱਚ ਜਗ੍ਹਾ ਬਣਾਈ ਆ ਇਹਦੇ ਥੱਲੇ ਵੀ ਆਪਾਂ ਇੱਕ ਇਹਨੂੰ ਸਟੋਰ ਦੇ ਵਾਂਗੂ ਬਣਾਇਆ ਹੈ, ਇੱਦਾਂ ਨੂੰ ਜਗ੍ਹਾ ਇਹਦੇ ਅੰਦਰ ਕਾਫੀ ਜ਼ਿਆਦਾ, ਬੱਚਿਆਂ ਦੇ ਬੈਗ ਹੋ ਗਏ, ਬੁੱਕਸ ਹੋ ਗਈਆਂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਥੱਲੇ ਇਹਦੇ ਰੱਖੀਆਂ ਹੋਈਆਂ। ਬਾਕੀ ਇੱਥੇ ਡਾਇਨਿੰਗ ਟੇਬਲ ਲੱਗ ਸਕਦਾ ਆ, ਪਰ ਅਸੀਂ ਫਿਲਹਾਲ ਇੱਥੇ ਇੱਕ ਸੋਫਾ ਹੀ ਰੱਖਿਆ ਹੋਇਆ। ਇਹਦੇ ਨਾਲ ਹੀ ਫਿਰ ਉੱਪਰ ਪੌੜੀਆਂ ਚੜ੍ਹਦੀਆਂ ਆ ਅਤੇ ਉੱਪਰੋਂ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ, ਅਤੇ ਨਾਲ ਇਹਦੇ ਪਹਿਲਾਂ ਆਪਾਂ ਕਿਚਨ ਦੇਖਦੇ ਹਾਂ। ਇਹ ਰਸੋਈ ਦਾ ਜਿਹੜਾ ਫਰੰਟ ਦਾ ਵਿਊ ਆ, ਇਹਦੇ ਉੱਪਰ ਵੀ ਆਪਾਂ ਇੱਦਾਂ ਲੱਕੜ ਦੀ ਚੁਗਾਠ ਲਵਾ ਕੇ ਵਿੱਚ ਇਹਦੇ ਇੱਦਾਂ ਲਾਈਟਸ ਲਵਾਈਆਂ ਆ,
ਤੇ ਇੱਕ ਸਾਈਡ ਦੇ ਉੱਤੇ ਜਾਲੀ ਲਵਾਈ ਹੋਈ ਆ ਜਿਹੜੀ ਅੱਜ ਕੱਲ੍ਹ ਚੱਲਦੀ ਆ। ਇਹ ਹਲੇ ਵੀ ਇਹਨੂੰ ਪੇਂਟ ਨਹੀਂ ਕੀਤਾ, ਇਹ ਸਿਰਫ ਵਾਈਟ ਕਲਰ ਦੀ ਆ। ਤੇ ਪੇਂਟ ਜਦੋਂ ਕਰਵਾਵਾਂਗੇ ਫਿਰ ਇਹਦਾ ਜਿਹੜਾ ਦੇਖਣ ਦੇ ਵਿੱਚ ਫਿਰ ਹੋਰ ਜ਼ਿਆਦਾ ਵਧੀਆ ਲੱਗੂਗੀ। ਜਾਲੀ ਦੇ ਵਿੱਚ ਵੀ ਆਪਾਂ ਇੱਦਾਂ ਥੱਲੇ ਦੋ ਡੱਬੇ ਇਹਦੇ ਬਣਵਾ ਤੇ ਵਿੱਚ ਇੱਕ ਸੈਲਫ ਜੀ ਪਵਾਤੀ, ਉੱਥੇ ਆਪਾਂ ਕੋਈ ਫਲਾਵਰ ਪੋਟ ਵੀ ਰੱਖ ਸਕਦੇ ਹਾਂ, ਜਾਂ ਜਿਵੇਂ ਮੈਂ ਉਹਦੇ ਡੈਕੋਰੇਟ ਵਾਲਾ ਰੱਖਿਆ ਹੋਇਆ ਉਹ ਰੱਖ ਕੇ ਇੱਦਾਂ ਇਹਨੂੰ ਆਪਾਂ ਡੈਕੋਰੇਟ ਕਰ ਸਕਦੇ ਹਾਂ। ਇਹ ਕਿਚਨ ਆ ਦੇਖੋ, ਕਿਚਨ ਜਿਹੜੀ ਆ ਸਾਰੀ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਇਹ ਕਿਚਨ ਦੇ ਲਈ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ ਸੀ ਕਿ ਕਿਚਨ ਦਿਖਾਓ ਆਪਣੀ ਕਿਸ ਤਰੀਕੇ ਦੀ ਬਣੀ ਹੋਈ ਆ। ਕਿਚਨ ਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਹਾਂ, ਐਂਟਰ ਕਰਦਿਆਂ ਹੀ ਦੋ ਆਪਾਂ ਸ਼ੈਂਕ ਲਵਾਏ ਆ ਭਾਂਡਿਆਂ ਵਾਸਤੇ, ਅਤੇ ਦੋ ਹੀ ਆਪਾਂ ਟੂਟੀਆਂ ਲਵਾਈਆਂ ਆ। ਇੱਕ ਦੇ ਵਿੱਚ ਤਾਜ਼ਾ ਪਾਣੀ ਅਤੇ ਟੈਂਕੀ ਵਾਲਾ ਆਉਂਦਾ ਆ, ਇੱਕ ਵਿੱਚ ਗੀਜ਼ਰ ਦਾ ਗਰਮ ਪਾਣੀ ਅਤੇ ਤਾਜ਼ਾ ਪਾਣੀ ਆਉਂਦਾ ਆ। ਅਤੇ ਨਾਲ ਹੀ ਇਹਦੇ ਉੱਪਰਲੀ ਸਾਈਡ ਆਪਾਂ ਭਾਂਡੇ ਜਿਹੜੇ ਆ ਇੱਦਾਂ ਮਾਂਜੀ ਦੇ ਆ, ਨਾਲ ਦੀ ਨਾਲ ਇਹਦੇ ਉੱਪਰ ਆਪਾਂ ਲਾ ਲਈਦੇ ਆ ਪਾਣੀ ਜਿਹੜਾ ਆ, ਫਿਰ ਥੱਲੇ ਵੀ ਆਉਂਦਾ ਰਹਿੰਦਾ। ਗਿੱਲੇ ਭਾਂਡੇ ਜਿਹੜੇ ਆਪਾਂ ਰੱਖ ਸਕਦੇ ਹਾਂ। ਇਹ ਛੋਟਾ ਬੈਡ ਰੱਖਿਆ ਹੈ, ਨਾਲ ਹੀ ਇਹਦੇ ਆਪਾਂ ਘੜਾ ਰੱਖ ਦਿੱਤਾ। ਘੜਾ ਜਿਹੜਾ ਆ ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਇਹਦੇ ਵਿੱਚ ਹੁਣ ਆਪਾਂ ਪਾਣੀ ਜਿਹੜਾ ਪਾਉਣਾ ਸ਼ੁਰੂ ਕਰ ਦਿੱਤਾ। ਅਤੇ ਚਿਮਨੀ ਲੱਗੀ ਆ, ਅਤੇ ਨਾਲ ਪਹਿਲਾਂ ਇੱਕ ਖਿੜਕੀ ਆ, ਖਿੜਕੀ ਦੇ ਵਿੱਚ ਇੱਕ ਆਪਾਂ ਖਿੜਕੀ ਰਖਾਈ ਆ, ਬਾਕੀ ਜਿਹੜਾ ਆ ਸ਼ੀਸ਼ੇ ਦੇ ਨਾਲ ਅਸੀਂ ਇਹਨੂੰ ਪੂਰਾ ਕਵਰ ਕੀਤਾ ਹੋਇਆ ਆ। ਇਹਦਾ ਵੀ ਸਾਡਾ ਹਾਲੇ ਕੰਮ ਥੋੜ੍ਹਾ ਕਿਚਨ ਦਾ ਰਹਿੰਦਾ ਆ। ਅਤੇ ਚਿਮਨੀ ਆ, ਚਿਮਨੀ ਦੇ ਨਾਲ ਵੀ ਫਿਰ ਆਪਾਂ ਇੱਕ ਬਕਸਾ ਲਾ ਤਾ, ਬਕਸੇ ਦੇ ਵਿੱਚ ਵੀ ਸਮਾਨ ਆ ਕਾਫੀ ਜ਼ਿਆਦਾ। ਅਤੇ ਇੱਕ ਕੋਰਨਰ ਜਿਹੜਾ ਆ ਖਿੜਕੀ ਦਾ ਅਸੀਂ ਇਸ ਸਾਈਡ ਦੇ ਉੱਤੇ ਰੱਖਿਆ ਹੋਇਆ। ਇਹ ਇੱਕ ਮੈਂ ਸੈਂਟਰ ਟੇਬਲ ਬਣਵਾਇਆ ਸੀ, ਇਹ ਵੀਡੀਓ ਵਾਸਤੇ ਹੀ ਖਾਸ ਕਰਕੇ ਬਣਾਇਆ ਸੀ ਕਿ ਜਦੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਾਂ ਸਾਹਮਣੇ ਆ ਕੇ ਅਤੇ ਇਹਦੇ ਉੱਤੇ ਆਪਾਂ ਸਮਾਨ ਰੱਖ ਕੇ ਅਤੇ ਵੀਡੀਓ ਬਣਾ ਸਕੀਏ। ਹੁਣ ਮੈਂ ਉੱਪਰੋਂ ਦਿਖਾਉਂਦੀ ਹਾਂ ਤੁਹਾਨੂੰ, ਇਹ ਲਾਈਟਾਂ ਦੇਖੋ ਜਿਹੜੀਆਂ ਆ, ਸਟੈਪ ਲਾਈਟ ਲਵਾਈਆਂ ਸੀ ਆਪਾਂ ਪੌੜੀਆਂ ਦੇ ਵਿੱਚ। ਇਹ ਬਹੁਤ ਵਧੀਆ ਲੱਗਦੀਆਂ, ਦੇਖਣ ਦੇ ਵਿੱਚ ਵੀ ਵਧੀਆ ਲੱਗਦੀਆਂ ਆ। ਅਤੇ ਜਦੋਂ ਜੇ ਤੁਸੀਂ ਥੱਲੇ ਉੱਤਰਨਾ, ਮੰਨ ਲਓ ਸਟੈਪ ਲਾਈਟ ਜਗਦੀ ਹੋਵੇ, ਤਾਂ ਪੌੜੀ ਦੇ ਉੱਤੇ ਐਨ ਪ੍ਰੋਪਰ ਲਾਈਟ ਇਹਦੀ ਪੈਂਦੀ ਆ। ਪੌੜੀਆਂ ਖਤਮ ਹੁੰਦਿਆਂ ਸਾਰੀ ਜਿਹੜੀਆਂ ਮੌਂਟੀ ਸ਼ੁਰੂ ਹੋ ਜਾਂਦੀ ਆ, ਮੌਂਟੀ ਜਿਹੜੀ ਕਾਫੀ ਜ਼ਿਆਦਾ ਖੁੱਲੀ ਆ, ਇੱਕ ਪੂਰੇ ਕਮਰੇ ਦੀ ਤਰ੍ਹਾਂ ਹੀ ਬਣੀ ਹੋਈ ਆ। ਇਹਦੇ ਵਿੱਚ ਆਪਾਂ ਇੱਕ ਅਲਮਾਰੀ ਰੱਖੀ, ਇਨਵਰਟਰ ਆ, ਇੱਕ ਆਪਾਂ ਕੂਲਰ ਰੱਖਿਆ ਹੋਇਆ ਆ। ਹੋਰ ਵੀ ਇਹਦੇ ਵਿੱਚ ਤੁਸੀਂ ਕੋਈ ਵਾਧੂ ਘੱਟ ਸਮਾਨ ਰੱਖਣਾ ਹੋਵੇ ਉਹ ਵੀ ਆਪਾਂ ਰੱਖ ਸਕਦੇ ਹਾਂ। ਮੌਂਟੀ ਦੇ ਅੰਦਰੋਂ ਹੀ ਆਪਾਂ ਕਮਰੇ ਦਾ ਜਿਹੜਾ ਦਰਵਾਜ਼ਾ ਰੱਖਿਆ ਆ, ਮਤਲਬ ਸੇਫਲੀ ਆ, ਇਹਨੂੰ ਅਸੀਂ ਬਾਹਰੋਂ ਨਹੀਂ ਸੀ ਕੱਢਿਆ, ਇਹਨੂੰ ਅੰਦਰਲੀ ਸਾਈਡ ਤੋਂ ਹੀ ਕੱਢਤਾ ਸੀ। ਇਹ ਇੱਕ ਰੂਮ ਆ, ਇੱਥੇ ਬੈੱਡ ਲੱਗਿਆ ਅਤੇ ਇੱਕ ਦੀਵਾਨ ਲਾਇਆ ਹੋਇਆ। ਇਹਦੇ ਨਾਲ ਹੀ ਇੱਧਰੋਂ ਦੀ ਆਪਾਂ ਬਾਲਕੋਨੀ ਵੀ ਰੱਖੀ ਹੋਈ ਆ। ਟੂਰ ਜਿਹੜਾ ਮੈਂ ਤੁਹਾਨੂੰ ਕਰਵਾ ਤਾ ਘਰ ਦੇ, ਕਿਵੇਂ ਦਾ ਤੁਹਾਨੂੰ ਲੱਗਿਆ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਘਰ ਵੱਡਾ ਹੋਵੇ ਜਾਂ ਛੋਟਾ ਹੋਵੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਘਰ ਦੇ ਜਿਹੜੇ ਜੀਵ ਹੁੰਦੇ ਆ ਉਹਨਾਂ ਦੇ ਵਿੱਚ ਪਿਆਰ ਹੋਣਾ ਚਾਹੀਦਾ ਆ। ਤੁਸੀਂ ਬਹੁਤ ਟਾਈਮ ਤੋਂ ਮੈਨੂੰ ਇਸ ਚੀਜ਼ ਲਈ ਕਮੈਂਟ ਕਰਦੇ ਸੀ ਕਿ ਤੁਸੀਂ ਘਰ ਦਾ ਟੂਰ ਕਰਵਾਓ, ਇਸ ਲਈ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਆ। ਤੁਹਾਨੂੰ ਇਸ ਘਰ ਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਆਪਾਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ।
ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।